ਸ਼ਹੀਦਾਂ ਦੀ ਧਰਤੀ ਤੇ ਬਰਾਜਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਮਾਨ ਸਾਹਿਬ ਸਰਦਾਰ ਜਸਕਰਨ ਸਿੰਘ ਜੀ ਜਿਹੜੇ ਕਿਸਾਨ ਮੋਰਚੇ ਦੇ ਕਿਸਾਨ ਯੂਨੀਅਨ ਦੇ ਵੀ ਆਗੂ ਹਨ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਟੀਮ ਤੇ ਬਹੁਤ ਲੰਬੇ ਸਮੇਂ ਤੋਂ ਕੌਮ ਦਾ ਦਰਦ ਲਈ ਤੇ ਕੌਮ ਲਈ ਸੰਘਰਸ਼ ਕਰ ਰਹੇ ਯੋਧੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੇਂ ਨੂੰ ਧਿਆਨ ਦੇ ਵਿੱਚ ਰੱਖਦਾ ਹੋਇਆ ਕਿ ਕੌਮ ਦੇ ਸਾਹਮਣੇ ਸਰਦਾਰ ਮਾਨ ਸਾਹਿਬ ਨੇ ਆਪਣੇ ਵਿਚਾਰ ਰੱਖਣੇ ਹਨ ਕਿਉਂਕਿ ਅੱਜ ਇੱਕ ਅਜਿਹਾ ਪੜਾਅ ਹੈ ਮੋਰਚਿਆਂ ਦਾ, ਕਿਸਾਨ ਮੋਰਚਿਆਂ ਦਾ, ਕੌਮ ਦਾ ਵੀ ਇੱਕ ਅਜਿਹਾ ਪੜਾਅ ਹੈ ਜਿੱਥੇ ਇੱਕ ਨਵੀਂ ਸਿਹਤ ਦੀ ਜ਼ਰੂਰਤ ਹੈ। ਇਸ ਲਈ ਮੈਂ ਬਹੁਤ ਘੱਟ ਸਮੇਂ 'ਚ ਆਪਣੇ ਵਿਚਾਰਾਂ ਨੂੰ ਸੀਮਿਤ ਕਰਦਾ ਹੋਇਆ ਖਿਮਾ ਚਾਹਾਂਗਾ। ਪਹਿਲੀ ਬੇਨਤੀ, ਸਰਦਾਰ ਮਾਨ ਅਤੇ ਸਮੁੱਚਾ ਅੰਮ੍ਰਿਤਸਰ ਅਕਾਲੀ ਦਲ ਇਸ ਗੱਲ ਲਈ ਵਧਾਈ ਦਾ ਪਾਤਰ, ਜਿਸ ਸਮੇਂ ਇਹਨਾਂ ਨੇ ਸੰਤ ਜਰਨੈਲ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ, ਉਸ ਮਹਾਨ ਯੋਧੇ ਨੂੰ ਯਾਦ ਕਰਨ ਦਾ ਫੈਸਲਾ ਕੀਤਾ ਜਿਹੜਾ ਅੱਜ ਇੱਕ ਮੇਲੇ ਦਾ ਰੂਪ ਧਾਰਨ ਕਰ ਰਿਹਾ, ਇਸ ਲਈ ਵਧਾਈ ਅਤੇ ਧੰਨਵਾਦ ਦੇ ਪਾਤਰ ਹਾਂ। ਸੰਤ ਜਰਨੈਲ ਸਿੰਘ ਮਹਾਰਾਜ ਦੀਆਂ ਕੁਰਬਾਨੀਆਂ ਬਹੁਤ ਵੱਡੀਆਂ ਹਨ, ਇਤਿਹਾਸ ਦੁਹਰਾਉਣ ਦੀ ਜ਼ਰੂਰਤ ਨਹੀਂ। ਮੈਥੋਂ ਪਹਿਲਾਂ ਸਾਰੇ ਉਹਨਾਂ ਦਾ ਇਤਿਹਾਸ ਦੁਹਰਾ ਚੁੱਕੇ ਹਨ। ਮੈਂ ਅੱਜ ਦੇ ਹਾਲਾਤ ਦੇ ਵਿੱਚ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ। ਅੱਜ ਫਿਰ ਕੌਮ ਦਾ ਇੱਕ ਬਹੁਤ ਵੱਡਾ ਮੋਰਚਾ ਲੱਗਿਆ, ਉਸ ਮੋਰਚੇ ਦੇ ਪ੍ਰਬੰਧਕ ਕਹਿ ਸਕਦੇ ਹਨ ਕਿ ਕੇਹਰੀ ਝੰਡੇ ਨਾਲ ਲੈ ਕੇ ਆਓ, ਨਿਹੰਗ ਸਿੰਘ ਘੋੜੇ ਪਿੱਛੇ ਲੈ ਕੇ ਜਾਓ। ਪਰ ਮੈਂ ਇੱਕ ਗੱਲ ਜਿਹੜੀ ਸਪਸ਼ਟ ਆ ਕਹਿਣ ਦੀ ਜ਼ਰੂਰਤ ਨਹੀਂ ਕਿ ਜੇ ਅੱਜ ਇੰਗਲੈਂਡ ਦੇ, ਅਮਰੀਕਾ ਦੇ, ਕੈਨੇਡਾ ਅਤੇ ਸਾਰੇ ਸੰਸਾਰ ਦੇ ਸਿੱਖ ਆਪਣੇ ਸਾਧਨ ਉੱਥੇ ਦੇ ਰਹੇ ਹਨ, ਜੇ ਵੱਡੀ ਗਿਣਤੀ 'ਚ 135 ਕਰੋੜ ਲੋਕਾਂ ਦੇ ਵਿੱਚੋਂ ਕਿਸਾਨੀ ਦਾ ਮਾਮਲਾ ਸਾਰੇ ਦੇਸ਼ ਦਾ, ਜੇ 135 ਕਰੋੜ ਲੋਕਾਂ ਦੇ ਵਿੱਚੋਂ ਸਿੱਖ ਬੈਠੇ ਹਨ ਤਾਂ ਉਹਦਾ ਕਾਰਨ ਬੜਾ ਸਪਸ਼ਟ ਆ ਕਿ ਸਿੱਖਾਂ ਦੇ ਵਿੱਚ ਦਰਦ ਆ ਅਤੇ ਉਹ ਇਸ ਦੇਸ਼ ਤੋਂ ਬਗਾਵਤ ਕਰਕੇ ਦੇਸ਼ ਦੇ ਵਿਰੋਧ 'ਚ ਦੇਸ਼ 'ਚੋਂ ਰੁੱਸੇ ਹੋਏ ਹਨ। ਮੈਨੂੰ ਬੜਾ ਅਫਸੋਸ ਹੋਇਆ, ਇੱਕ ਜਿਹਨੂੰ ਮੈਂ ਬਹੁਤ ਸੈਕੂਲਰ ਲੀਡਰ ਸਮਝਦਾ ਸੀ, ਉਹ ਕਿਸਾਨ ਮੋਰਚੇ ਦਾ ਆਗੂ, ਉਹ ਸਟੇਜ ਦੇ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਰਿਹਾ ਸੀ ਕਿ ਜਦੋਂ ਕੇਸਰੀ ਝੰਡਾ ਚੜ੍ਹਾਇਆ ਗਿਆ ਤਾਂ ਦੇਸ਼ ਦੀ ਬੇਅਦਬੀ ਹੋ ਗਈ। ਮੈਨੂੰ ਬੜਾ ਦੁੱਖ ਆ ਕਿ ਬੇਅਦਬੀ, ਜੇ ਉੱਥੇ ਕੋਈ ਝੰਡਾ ਲਾ ਕੇ ਪਾੜਦਾ ਦੇਸ਼ ਦੇ ਨੂੰ, ਉਹ ਕਹਿ ਸਕਦਾ ਸੀ। ਪਰ ਕੇਸਰੀ ਝੰਡਾ ਤਾਂ ਹਰ ਸਾਲ ਚੜ੍ਹਾਇਆ ਜਾਂਦਾ ਫਤਿਹ ਦਿਵਸ ਦੇ ਉੱਪਰ, ਕੇਸਰੀ ਝੰਡਾ ਹਰੇਕ ਸਰਕਾਰੀ ਇਮਾਰਤ ਦੇ ਉੱਤੇ ਕੋਈ ਵੀ ਚੜ੍ਹਾ ਸਕਦਾ, ਕੋਈ ਕਾਨੂੰਨ ਗੈਰ ਕਾਨੂੰਨੀ ਗੱਲ ਨਹੀਂ। ਫਿਰ ਦੇਸ਼ ਦੀ ਬੇਅਦਬੀ ਕਿਵੇਂ ਹੋ ਗਈ? ਕਦੇ 26 ਜਨਵਰੀ ਦੇ ਉੱਤੇ ਤਿਰੰਗੇ ਝੰਡੇ ਲੈ ਕੇ ਆਓ, ਆਪਾਂ ਅੱਜ ਦੇਸ਼ ਨੂੰ ਜਾ ਕੇ ਸਲਾਮੀ ਦੇਈਏ, ਝੰਡੇ ਨੂੰ ਸਲਾਮੀ ਦੇਈਏ, ਮੋਦੀ ਦੇ ਵੱਲੋਂ ਸਲਾਮੀ ਦੇਈਏ, ਖਾਲਸਾ ਪੰਥ ਅਤੇ ਪੰਜਾਬ ਸਮੁੱਚੇ ਸੰਸਾਰ 'ਚ ਖਾਲਸਾ ਪੰਥ ਅਤੇ ਪੰਜਾਬ ਦੇ ਵਿਸ਼ੇਸ਼ ਕਰਕੇ ਸਿੱਖ ਹਰ ਸਾਲ 26 ਜਨਵਰੀ ਅਤੇ 15 ਅਗਸਤ ਨੂੰ ਕਾਲੇ ਝੰਡੇ ਲੈ ਕੇ ਜਾਂਦੇ ਆ। ਅਸੀਂ ਦੱਸਣਾ ਕੀ ਚਾਹੁੰਦੇ ਕਿ ਸਾਡੀ ਮੰਗ ਕਿਸਾਨੀ ਦੀ ਹੈ, ਇਕੱਲੀ ਸਾਡੀ ਕਿਸਾਨੀ ਦੀ ਵੀ ਮੰਗ ਆ, ਅਸੀਂ ਸਾਰੇ ਉਹ ਕਿਸਾਨੀ ਦੇ ਕਾਨੂੰਨ ਜਿਹੜੇ ਕਾਲੇ ਕਾਨੂੰਨ ਆ ਉਹ ਰੱਦ ਕਰਾਉਣੇ ਚਾਹੁੰਦੇ, ਸਾਡੀ ਪੰਥ ਦੀਆਂ ਵੀ ਮੰਗਾਂ। ਸਮਾਂ ਉੱਧਰ ਨੂੰ ਆ ਰਿਹਾ ਕਿ ਜਿਵੇਂ ਕੁਛ ਲੋਕ ਖਬਰਾਂ ਆ ਰਹੀਆਂ ਹਨ, ਕਦੇ ਕਿਸੇ ਇੱਕ ਆਗੂ ਦੀ ਮੈਂ ਬਹੁਤੇ ਨਾਂ ਨਾ ਲਵਾਂ, ਉਹ ਕਹਿੰਦਾ ਵੀ ਅਸੀਂ ਇੱਥੇ ਜੇ ਸਾਡੀ ਮੁੱਕ ਜੇ, ਇੱਥੇ ਜੇ ਮੁੱਕ ਜੇ। ਖਾਲਸਾ ਪੰਥ ਦੇ ਸਾਹਮਣੇ ਇੱਕ ਫਿਰ ਚੁਣੌਤੀ ਆ ਰਹੀ ਹੈ, ਜਿਵੇਂ 84 ਦੇ ਵਿੱਚ ਵੀ ਕੁਛ ਲੋਕਾਂ ਨੇ ਸਮਝੌਤੇ ਕੀਤੇ, 85 ਦੇ ਵਿੱਚ ਵੀ ਕੀਤੇ। ਸਰਦਾਰ ਮਾਨ ਸਾਹਿਬ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਬਾਬਾ ਜਗਿੰਦਰ ਸਿੰਘ ਜੀ ਕਾਰਜਕਾਰੀ ਪ੍ਰਧਾਨ ਸਨ, ਆਪਾਂ ਸਾਰੇ ਇੱਥੇ ਬੈਠੇ ਹਨ, ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਸਾਰੇ ਉਸ ਪਾਰਟੀ ਨਾਲ ਜੁੜੇ ਹੋਏ ਸੀ, ਕੋਈ ਅਹੁਦੇਦਾਰ ਤੌਰ 'ਤੇ, ਕੋਈ ਵਰਕਰ ਤੌਰ 'ਤੇ। ਆਪਾਂ ਸਾਰਿਆਂ ਨੇ ਉਸ ਸਮਝੌਤੇ ਨੂੰ ਰੱਦ ਕੀਤਾ ਅਤੇ ਗਦਾਰੀ ਦਾ ਨਾਂ ਦਿੱਤਾ, ਅਤੇ ਉਸ ਗਦਾਰ ਨੂੰ ਜਿਹੜੀ ਸਜ਼ਾ ਮਿਲੀ ਆ ਉਹ ਸਾਡੇ ਸਾਹਮਣੇ ਆ। ਉਹ ਹਾਲਾਤ ਬਣਨ ਤੋਂ ਬਾਅਦ ਵੀ ਇੱਕ ਅਜਿਹੇ ਹਾਲਾਤ ਪੈਦਾ ਹੋ ਸਕਦੇ ਹਨ ਕਿ ਖਾਲਸਾ ਪੰਥ ਅੱਗੇ ਅਜਿਹੇ ਹਾਲਾਤ ਦੇ ਵਿੱਚ ਅਗਵਾਈ ਕਰਨ ਦਾ ਮੌਕਾ ਮਿਲੇਗਾ, ਅਤੇ ਆ ਖਾਲਸਾ ਪੰਥ ਜਿਹੜਾ ਇੱਥੇ ਬੈਠਾ ਇਹਦੇ ਸਾਹਮਣੇ ਕੋਈ ਦੁਨੀਆਂ ਦੀ ਤਾਕਤ ਜਾਂ ਸੰਸਾਰ ਦੀ ਤਾਕਤ ਨਹੀਂ ਰੋਕ ਸਕਦੀ, ਕਿਉਂਕਿ ਸਾਡੀ ਕੌਮ ਦੇ ਉੱਤੇ ਗੁਰੂ ਸਾਹਿਬ ਦਾ ਪਹਿਰਾ, ਸ਼ਹੀਦਾਂ ਦਾ ਪਹਿਰਾ। ਮੈਂ ਬੇਨਤੀ ਕਰਦਾ ਹੋਇਆ ਕਿ ਸਾਡੀਆਂ ਪੰਥ ਦੀਆਂ ਵੀ ਭਾਵਨਾਵਾਂ ਹਨ, ਮੰਗਾਂ ਹਨ, ਭਾਵੇਂ ਖਾਲਸਾ ਪੰਥ ਨੇ ਉੱਥੇ ਬੜੇ ਜਜ਼ਬ ਤੋਂ ਕੰਮ ਲਿਆ, ਬੜੇ ਸੰਜਮ ਤੋਂ ਕੰਮ ਲੈ ਕੇ, ਕੋਈ ਇਹੀ ਗੱਲ ਨਹੀਂ ਕੀਤੀ ਕਿ ਉਹਨਾਂ ਕਿਸਾਨ ਆਗੂ ਜਿਹੜੇ ਕਿਸਾਨ ਮੋਰਚੇ ਚਲਾ ਰਹੇ ਸਨ, ਜਿਨ੍ਹਾਂ ਦੀ ਕੇਸਰੀ ਝੰਡੇ ਨਾਲ ਮੈਂ ਸਮਝਦਾ ਵਿਰੋਧ ਸੀ, ਫਿਰ ਵੀ ਖਾਲਸਾ ਪੰਥ ਨੇ ਸੰਜਮ ਤੋਂ ਕੰਮ ਲੈ ਕੇ, ਬਹੁਤ ਸਬਰ ਤੋਂ ਕੰਮ ਲੈ ਕੇ ਉਹਨਾਂ ਦਾ ਸਾਥ ਦਿੱਤਾ। ਉਹਨਾਂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ
कि इस मोर्चे के पिछे खालसा पंथ की बहुत वड्डी शक्ति है। इनू अखों परोखे करना जिहदा विरोध करना बहुत खतरनाक सिद्ध होगा। अजिहे नतीजे निकलणगे जिन्हां दी शायद वो आस ना कर सकन। इत्थे मेरे तो पहले एक सिंह बोल रहा है कि डुल्ले वीरां दा बेरां दा कुछ नहीं विगड़िया। उन्होंने भी यह गल कह के डुल्ले बेरां दा कुछ नहीं विगड़िया। आओ सारियां जथेबंदियां, असी जो कुछ पिछे वापरिया इस लहर के दरम्यान कुछ वीरां ने जिहड़े लाल झंडियां दा जिहड़ा रो रहा है उन्हूं भुल के कट्ठे हो के अज की तानाशाही हुकूमत नूं बदलना चाहुंदे, उहदे नाल लड़ना चाहुंदे आ। उन्होंने भी यह गल कहनी चाहिए कि खुले दिल नाल केसरी झंडा जी का एक अपना इतिहास है जिन्हों कोई दुनिया की ताकत ना ला सकती है ना झुका सकती है। मैं एको बेनती करके खिमा चाहाँगा, जदों लाल किले के उत्ते झंडा चढ़ाने की खबर आई मैं इस मोर्चे के विचों एको बारी सिर्फ लाइव होकर बोलिया है, क्योंकि मैं ये तो बोलना नहीं चाहता सी। मैं उस हमायत की, उन्होंने वधाई दी। तो सब तो पहला टैलीफोन मैं हुशियारपुर तो आ रहा सरदार मान को वधाई दा दिता, सारी जथेबंदी को वधाइया दिता। साडा उहदे नाल सिर उच्चा होया, भावें साडियां समस्यावां हल होण जां घट होईआं जां वध होईआं, पर कौम का सिर उच्चा होया। कौम की अणख ते सिर उच्चा होना वड्डियां गल्लां। इस लई जिहड़े इत्थे परिवार होए हन जां जिहड़े इत्थे सारी संगत आई है जिहड़ी केसरी झंडे दा असीं मर मिट सकदे हां, उह झंडे लई उहदा आपां सारे सत्कार भी करदे हां। वो सारी संगत वधाई की पात्र है। मैं आप तो खिमा चाहता हुआ, समा बहुत हो गया क्योंकि सरदार मान साहब ने बहुत विस्तार च अज के हालात कौम सेध देनी है। खिमा चाहता हुआ फतेह बुलाने, वाहिगुरू जी का खालसा वाहिगुरू जी की फतेह।